ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਅਸੀਂ ਤੁਹਾਨੂੰ ਚੁਪਹਿਰਾ ਸਾਹਿਬ ਕੱਟਣ ਬਾਰੇ ਕੁਝ ਜਾਣਕਾਰੀ ਦੇਵਾਂਗੇ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਚੁਪਹਿਰਾ ਸਾਹਿਬ ਕੱਟਣ ਦਾ ਸਹੀ ਸਮਾਂ ਦਿਨ ਐਤਵਾਰ 12 ਵਜੇ ਤੋਂ 4 ਵਜੇ ਤੱਕ ਦਾ ਹੈ। ਇਸ ਪਾਠ ਵਿੱਚ 5 ਪਾਠ ਜਪੁ ਜੀ ਸਾਹਿਬ ਦੇ, 2 ਪਾਠ ਚੁਪਾਈ ਸਾਹਿਬ ਦੇ, 1 ਪਾਠ ਸੁਖਮਨੀ ਸਾਹਿਬ ਦਾ ਕਰਨਾ ਹੈ ਅਤੇ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਕਰਨੀਆਂ ਹਨ। ਜਪੁ ਜੀ ਸਾਹਿਬ ਜੀ ਦਾ ਪਾਠ 12 ਵਜੇ ਤੋਂ 1:15 ਵਜੇ ਤੱਕ ਅਤੇ ਚੁਪਾਈ ਸਾਹਿਬ ਜੀ ਦਾ ਪਾਠ 1:15 ਵਜੇ ਤੋਂ 1:30 ਵਜੇ ਤੱਕ ਕਰਨਾ ਹੈ ਅਤੇ ਆਰਾਮ ਦਾ ਸਮਾਂ 2:45 ਵਜੇ ਤੱਕ ਦਾ ਹੈ। 2:45 ਵਜੇ ਤੋਂ 2 ਵਜੇ ਤੱਕ ਸਿਮਰਨ ਕਰਨਾ ਹੈ ਜੀ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ 2 ਵਜੇ ਤੋਂ 3:30 ਵਜੇ ਤੱਕ ਕਰਨਾ ਹੈ। ਆਨੰਦ ਸਾਹਿਬ ਜੀ ਅਤੇ ਅਰਦਾਸ ਦਾ ਸਮਾਂ 3:30 ਵਜੇ ਤੋਂ 4 ਵਜੇ ਤੱਕ ਦਾ ਹੈ। ਚੁਪਹਿਰਾ ਸਾਹਿਬ ਕਰਨ ਤੋਂ ਪਹਿਲਾਂ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਦੇਸੀ ਘੀ ਦੀ ਜੋਤ ਲਗਾਉਣੀ ਚਾਹੀਦੀ ਹੈ। ਅਰਦਾਸ ਕਰਨ ਉਪਰੰਤ ਸ਼੍ਰੀ ਸਾਹਿਬ ਜੀ ਦੀ ਵਰਤੋਂ ਨਾਲ ਭੋਗ ਲਗਵਾਉਣਾ ਹੈ। ਕਈ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਜੋਤ ਲਗਾਉਣੀ ਹੈ ਜਾਂ ਨਹੀਂ। ਜੋਤ ਲਗਾਉਣਾ ਆਪਣੀ ਸ਼ਰਧਾ ਹੈ। ਆਪ ਜੀ ਨੇ ਚੁਪਹਿਰਾ ਸਾਹਿਬ ਖਾਲੀ ਪੇਟ ਨਹੀਂ ਕਰਨਾ ਹੈ। ਕਈ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਆਰਾਮ ਕਰਨ ਦੇ ਸਮੇਂ ਭੋਜਨ ਕਰ ਸਕਦੇ ਹਾਂ ਜਾਂ ਨਹੀਂ। ਹਾਂ ਜੀ, ਆਰਾਮ ਕਰਨ ਦੇ ਸਮੇਂ ਭੋਜਨ ਕਰ ਸਕਦੇ ਹਾਂ। ਜੇਕਰ ਤੁਹਾਡਾ ਪਾਠ 4 ਵਜੇ ਤੋਂ ਪਹਿਲਾਂ ਸਮਾਪਤ ਹੋ ਜਾਂਦਾ ਹੈ ਤਾਂ ਆਪ ਜੀ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਤੇ ਬਾਣੀ ਵੀ ਪੜ੍ਹ ਸਕਦੇ ਹੋ। ਇਸ ਪਾਠ ਨਾਲ ਆਪ ਜੀ ਦੇ ਘਰ ਬਹੁਤ ਬਰਕਤਾਂ ਹੋਣਗੀਆਂ। ਕਈ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਜੇਕਰ ਦਿਨ ਵਿੱਚ ਸਮਾਂ ਨਾ ਲੱਗੇ ਤਾਂ ਰਾਤ ਨੂੰ ਚੁਪਹਿਰਾ ਸਾਹਿਬ ਕੱਟ ਸਕਦੇ ਹਾਂ। ਜੇਕਰ ਆਪ ਜੀ ਨੂੰ ਦਿਨ ਵਿੱਚ ਸਮਾਂ ਨਹੀਂ ਮਿਲਦਾ ਤਾਂ ਆਪ ਜੀ ਰਾਤ ਨੂੰ ਵੀ ਚੁਪਹਿਰਾ ਸਾਹਿਬ ਕੱਟ ਸਕਦੇ ਹੋ। ਇਹ ਬਹੁਤ ਚੰਗੀ ਗੱਲ ਹੈ ਕਿ ਆਪ ਜੀ ਗੁਰਬਾਣੀ ਦੇ ਲੜ ਲੱਗੇ ਹੋ। ਪਾਠ ਕਰਨ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਅਤੇ ਚੁਪਹਿਰਾ ਸਾਹਿਬ ਦਾ ਪਾਠ ਕੱਟਣ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਨ ਲੱਗ ਜਾਂਦੇ ਹਨ। ਘਰ ਵਿੱਚੋਂ ਹਰ ਇੱਕ ਬਿਮਾਰੀ ਦਾ ਅੰਤ ਹੋ ਜਾਂਦਾ ਹੈ ਅਤੇ ਖੁਸ਼ਹਾਲੀ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਚੁਪਹਿਰਾ ਸਾਹਿਬ ਜੀ ਬਾਰੇ ਕੁਝ ਜਾਣਕਾਰੀ ਦਿੱਤੀ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਤੇ ਹੋਰ ਨਵੀਂ ਵੀਡੀਓ ਵੇਖਣ ਲਈ ਸਾਡੇ ਚੈਨਲ ਨਿਤਨੇਮ ਪਾਠ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।